चन्नी मुख्यमंत्री कांग्रेस का ਮੱਲੇ ਸੋ ਜਿਹੜੀ ਕਿਹੜੀ ਕੱਲ ਗੱਡੀ ਤੇ ਆਈ ਸੀ ਅੱਛਾ ਆ ਦੇਖੋ ਜੀ ਪੀਵੀ 065 ਐਲ 6924 ਗੱਡੀ ਨੰਬਰ ਐਡ ਪੀ ਐਡ ਡਰਾਈਵਰ ਉਹਨਾਂ ਦਾ ਪੀ ਆ ਉਹਨਾਂ ਦਾ ਖੜਾ ਗੱਡੀ ਪੂਰੀ ਲੋਡ ਕੀਤੀ ਹੈ ਮੈਂ ਸਾਰੇ ਮੈਂ ਜਲੰਧਰ ਵੈਸਟ ਤੋਂ ਕੈਂਡੀਡੇਟ ਆਮ ਆਦਮੀ ਪਾਰਟੀ ਦਾ ਮੈਨੂੰ ਇੱਕ ਕਾਰਜਕਰਤਾ ਦਾ ਫੋਨ ਗਿਆ ਕਿ ਤੁਹਾਡੇ ਇਲਾਕੇ ਦੇ ਜਿਹੜੇ ਵਿਧਾਇਕ ਸੀ ਸੁਸ਼ੀਲ ਰਿੰਕੂ ਜੀ ਦਾ ਕੁਝ ਇੱਕ ਪੀਏ ਇੱਕ ਉਹਨਾਂ ਦਾ ਡਰਾਈਵਰ ਉਹਨਾਂ ਦੀ ਗੱਡੀ ਪਰਸਨਲ ਇਸੇ ਸਾਡੇ ਘਰ ਦੇ ਬਾਹਰ ਟਰੈਕ ਸੂਟ ਲੋਡ ਕਰ ਰਹੇ ਆ ਮੈਂ ਉਸੇ ਟਾਈਮ ਜਲਦੀ ਮੈਂ ਮੀਟਿੰਗ ਜਾਣਾ ਸੀ ਮੀਟਿੰਗ ਛੱਡ ਕੇ ਮੈਂ ਇੱਥੇ ਆਇਆ ਆ ਕੇ ਦੇਖਿਆ ਉਹਨਾਂ ਦੀ ਗੱਡੀ ਲੱਗੀ ਆਟੋ ਲੱਗੇ ਤਿੰਨ ਗੱਡੀਆਂ ਪੂਰੀਆਂ ਭਰੀਆਂ ਪਈਆਂ ਜਿਹੜੀਆਂ ਪੰਜਾਬ ਸਰਕਾਰ ਦੇ ਜਿਹੜੇ ਬੱਚਿਆਂ ਨੂੰ ਸਪੋਰਟਸ ਕਿੱਟ ਦੇ ਟਰੈਕ ਸੂਟ ਮਿਲਨੇ ਸੀ ਅੱਜ ਇਲੈਕਸ਼ਨ ਕੋਰਟ ਤੋਂ ਬਾਅਦ ਉਹ ਟਰੈਕ ਸੂਟ ਲੈ ਕੇ ਜਾ ਰਹੇ ਆ ਲੋਕਾਂ ਕੋਲ ਵੋਟ ਲੈਣ ਦੇ ਲਈ ਲੋਕਾਂ ਨੂੰ ਵੋਟ ਦਾ ਲਾਲਚ ਦੇਣ ਦੇ ਲਈ ਜਿਸ ਟਾਈਮ ਮੇਰੇ ਭੈਣ ਭਰਾਵਾਂ ਨੂੰ 5 ਸਾਲ ਇਸ ਟਰੈਕ ਸੂਟ ਦੀ ਜ਼ਰੂਰਤ ਸੀ ਸਪੋਰਟਸ ਦੀ ਕਿੱਟਾਂ ਦੀ ਜ਼ਰੂਰਤ ਸੀ ਸਪੋਰਟਸ ਦੇ ਸਮਾਨ ਦੀ ਜ਼ਰੂਰਤ ਸੀ ਉਸ ਟਾਈਮ ਇਹਨਾਂ ਨੇ ਘਰ ਪੂਰਾ ਤੁਸੀਂ ਵੈਰੀਫਾਈ ਕੀਤਾ ਕਿ ਇਹ ਜਿਹੜਾ ਇਲੈਕਸ਼ਨ ਤੇ ਵੰਡੇ ਜਾਣੇ ਸੀ ਭਾਜੀ ਉਹਨਾਂ ਦੇ ਪ੍ਰਧਾਨ ਖੜੇ ਦੇਖੋ ਜਲੰਧਰ ਕਾਂਗਰਸ ਦੇ ਬਲਾਲ ਠਾਕੁਰ ਜੀ ਖੜੇ ਹੋ ਕਿਸ ਲਈ ਆਏ ਆ ਗੱਡੀ ਮੈਂ ਐਮਐਲਏ ਦੀ ਵੱਢ ਲਈ ਆ ਇਰਤੂ ਦਾ ਪ੍ਰੂਫ ਤੇ ਉਹ ਕੱਲ ਨੂੰ ਕਹਿਣਗੇ ਕੋਈ ਮੇਰੇ ਨਹੀਂ ਹੈਗੇ ਐਮਐਲਏ ਆਪ ਦੀ ਗੱਡੀ ਚ ਐਮਐਲਏ ਦੇ ਨਹੀਂ ਐਮਐਲਏ ਦੇ ਜਿਹੜੇ ਪੀਏ ਐਮਐਲਏ ਡਰਾਈਵਰ ਇੱਕ ਬੰਦਾ ਛੱਡ ਗਿਆ ਸੀ ਕਾਲੀ ਕਾਲੀ ਮੇਰੇ ਤੋਂ ਗੱਡੀ ਚਾੜਨ ਲੱਗਿਆ ਸੀ ਮੈਨੂੰ ਨਹੀਂ ਲੈਣਾ ਦੇਣਾ ਇਹ ਤਾਂ ਤੁਹਾਨੂੰ ਪਤਾ ਕਦੀ ਲੀਡਰ ਕਹਿੰਦੇ ਮੇਰਾ ਕਦੀ ਕਹਿੰਦੇ ਆ ਕਦੀ ਪਰ ਐਮਐਲਏ ਮੇਰਾ ਗੱਡੀ ਉਹਦੇ ਕੋਲ ਕੋਈ ਚੋਰੀ ਕਰਕੇ ਲੈ ਕੇ ਚਾਬੀ ਲੈ ਕੇ ਗੱਡੀ ਐਮਐਲਏ ਸਾਹਿਬ ਦੀ ਖੁਦ ਦੀ ਪਰਸਨਲ ਗੱਡੀ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਖੜੇ ਆ ਉਹਨਾਂ ਦੇ ਕਾਉਂਸਲਰ ਖੜੇ ਆ ਮੈਂ ਵੀ ਪੁੱਛਣਾ ਚਾਹੁੰਦਾ ਕਿ ਇਹ 5 ਸਾਲ ਜਨਤਾ ਨੂੰ ਕਿਉਂ ਨਹੀਂ ਦਿੱਤਾ 5 ਸਾਲ ਦੀ ਘਰ ਘਰ ਨਸ਼ਾ ਵੇਚਿਆ ਘਰ ਘਰ ਵਿੱਚ ਟੀਕੇ ਵਿਕੇ ਘਰ ਘਰ ਚਿੱਟਾ ਵਿਕਿਆ ਘਰ ਘਰ ਚਨਾਬ ਜੋਗ ਆ ਗਿਆ ਕਾਰਵਾਈ ਬੰਨੀ ਹੈ ਮੇਰੇ ਵਕੀਲ ਵੀ ਆ ਗਏ ਮੈਡਵੋਕਟ ਆਪਣੇ ਲੀਗਲ ਟੀਮ ਵੀ ਬੁਲਾਈ ਹੈ ਇੱਥੇ ਇਹ ਆਏ ਲੁਧਿਆਣੇ ਤੋਂ ਕਹਿੰਦੇ 4 ਗੇੜੇ ਆਪਾਂ ਉੱਥੇ ਲਾ ਕੇ ਆਏ ਆ ਉੱਥੇ ਆਪਣਾ ਘਾਮਣੀ ਚੌਂਕ ਤੋਂ ਉਤਾਰ ਕੇ ਆ ਚੁੱਕੇ ਬਲੇ ਇੰਨਾ ਟਰੱਕ ਖਾਲੀ ਹੋ ਚੁੱਕਾ ਬਲੇ ਟੋਟਲ ਕਿੰਨੀਆਂ ਗੱਡੀਆਂ ਕਹਿੰਦੇ ਜੀ ਸਵੇਰੇ 3-4 ਗੱਡੀਆਂ ਤਾਂ ਖੜੀਆਂ ਸੀ ਮੈਨੂੰ ਪਤਾ ਨਹੀਂ ਕਿੰਨੀਆਂ ਸਵੇਰੇ 6 ਵਜੇ ਲੱਗੇ ਹੋਏ ਆ 6 ਵਜੇ ਦੀ ਗੱਡੀਆਂ ਤੇ ਖੜੀ ਆ ਲੋਡ ਹੋ ਰਹੀਆਂ ਤੇ ਮੈਂ ਕਰੀਬ 10:15 ਦੇ ਕਰੀਬ ਆਇਆ ਇੱਥੇ ਹਾਂ ਇਹ ਕਿਸੇ ਕੋਠੀ 'ਚੋਂ ਆ ਰਿਹਾ ਇਹ ਕਿਸੇ ਕੋਠੀ 'ਚੋਂ ਆਇਆ ਪਰ ਮੈਂ ਇਹ ਗੱਲ ਸਾਡੇ ਭਗਵੰਤ ਮਾਨ ਜੀ ਸਾਡੇ ਜਿਹੜੇ ਆਉਣ ਵਾਲੇ CM ਹੈ ਅਤੇ ਉਹਨਾਂ ਤੋਂ ਇਲਾਵਾ ਸਾਡੇ ਹਿੰਦੁਸਤਾਨ ਦੇ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਰੋਜ਼ ਗੱਲ ਕਹਿ ਰਹੇ ਆ ਕਿ ਕਾਂਗਰਸੀਆਂ ਨੇ ਇਹ ਪੈਸਾ ਆਪਣੇ ਘਰਾਂ 'ਚ ਰੱਖਿਆ ਉਹਨਾਂ ਨੇ ਜਿਹੜਾ ਪੰਜਾਬ ਨੂੰ ਲੁੱਟ ਕੇ ਆਪਣੇ ਘਰ ਭਰੇ ਆ ਉਹ ਸਾਬਤ ਹੋ ਗਿਆ ਅੱਜ ਕਰੋੜਾਂ ਦਾ ਟੈਕਸ ਸੂਟ ਹੈ ਕਰੋੜਾਂ ਰੁਪਏ ਦਾ ਟੈਕਸ ਸੂਟ ਇੱਕ ਟਰੈਕ ਸੂਟ 1.5-2 ਹਜ਼ਾਰ ਰੁਪਏ ਦਾ ਹੋਏਗਾ ਇਹ ਜਿਹੜੇ ਕਰੋੜਾਂ ਦਾ ਟੈਕਸ ਸੂਟ ਜਿਹੜੇ ਅੱਜ ਐਮਐਲਏ ਨੇ ਮੰਗਵਾਏ ਸੁਸ਼ੀਲ ਕੁਮਾਰ ਰਿੰਕੂ ਨੇ ਇਹ ਸਾਬਤ ਹੁੰਦਾ ਕਿ ਇਲੈਕਸ਼ਨ ਕੋਰਟ ਤੋਂ ਪਹਿਲੇ ਇਹਨਾਂ ਨੇ ਮਾਲ ਅੰਦਰ ਦੱਬਿਆ ਸੀ ਜਿਸ ਟਾਈਮ ਤੋਂ ਬਾਅਦ ਇਲੈਕਸ਼ਨ ਕੋਰਟ ਲੱਗਿਆ ਹੁਣ ਲੋਕਾਂ ਨੂੰ ਲਾਲਚ ਦੇ ਲਈ ਇਹ ਟੈਕਸ ਸੂਟ ਵੰਡੇ ਜਾਣਗੇ ਆ ਖੜੇ ਸਰ ਆ ਖੜੇ ਇਹ ਆਏ ਸੀ ਮੈਨੂੰ ਲੱਗਦਾ ਭਾਜੀ ਪਹਿਲੇ ਸਭ ਤੋਂ ਪਹਿਲੇ ਇਹੀ ਪਹੁੰਚੇ ਆ ਮੇਰੇ ਨਾਲ ਕੋਈ ਨਹੀਂ ਇਸਕਾ ਬਿੱਲ ਆਏਗਾ ਮੈਂ ਬਿੱਲ ਦਿਖਾਊਂਗਾ ਵੀ ਅਰੇ ਬਿੱਲ ਤਾਂ ਦਿਖਾਓਗੇ ਲੇਕਿਨ ਬਿੱਲ ਨਹੀਂ ਆ ਵੀ ਆਪ ਡਰਾਈਵਰ ਆ ਰਹਾ ਹੈ ਦੋਨੋਂ ਨਹੀਂ ਆਪਕੇ ਪਾਸ ਬਿੱਲ ਨਹੀਂ ਹੈ ਮੈਂ ਡਰਾਈਵਰ ਨਹੀਂ ਡਰਾਈਵਰ ਆਏਗਾ ਉਹ ਹੀ ਬਤਾਏਗਾ ਤੋ ਆਪ ਨਹੀਂ ਆਪ ਕੋ ਕਿਉਂ ਲੈ ਕੇ ਜਾ ਰਹੇ ਪੁਲਿਸ ਵਾਲੇ ਫਿਰ ਉਹ ਡਿਟੇਲ ਮੈਂ ਬਿੱਲ ਦੇ ਦੂੰਗਾ ਇਨਕੋ ਮੈਂ ਬਿੱਲ ਦੇਣੇ ਜਾ ਰਹਾ ਹਾਂ ਪੁਲਿਸ ਨੇ ਨਹੀਂ ਮੈਂ ਨਹੀਂ ਚਲਾ ਸਕਦਾ ਨਹੀਂ ਨਹੀਂ ਪੁਲਿਸ ਨੇ ਆਪ ਕੋ ਫਿਰ ਕਿਉਂ ਅਰੇ ਬਿੱਲ ਕੇ ਲਈ ਲੈ ਜਾ ਰਹਾ ਕੋਈ ਅਰੈਸਟ ਥੋੜੀ ਨਾ ਕੀਆ ਹੈ ਮੈਂ ਇਨਕੇ ਸਾਥ ਖੁਦ ਜਾ ਰਹਾ ਹਾਂ ਆਪਣੀ ਸਹਿਮਤੀ ਸੇ ਮੈਂਨੇ ਬਿੱਲ ਦੇਣੇ ਵਿਦਾਊਟ ਬਿੱਲ ਮਾਲ ਥਾ ਜੋ ਲੈ ਕੇ ਵਿਦਾਊਟ ਬਿੱਲ ਨਹੀਂ ਹੈ ਆਈ ਹੈਵ ਬਿੱਲ ਆਈ ਹੈ ਬਿੱਲ ਇਨ ਮਾਈ ਡਰਾਈਵਰ ਗਿਆ ਬਿੱਲ ਲਾਨੇ ਹਾਰਡ ਕਾਪੀ ਆਈ ਡੋਨਟ ਨੋ ਕਹਾਂ ਸੇ ਆਇਆ ਪਰ ਬਿੱਲ ਹੈ ਇਸਕਾ ਮੈਂ ਸਾਥ ਮੈਂ ਨਹੀਂ ਆਇਆ ਮੈਂਨੇ ਯਾ ਰਿਸੀਵ ਕੀਆ ਸਮਾਨ ਇਹ ਚੁਣਾਵ ਮੈਂ ਤਾਂ ਹੋਣਾ ਚਾਹੀਏ ਨਾ ਕਹਾਂ ਸੇ ਲੈ ਕੇ ਆਏ ਹੋ ਇਹ ਕੈਂਡੀਡੇਟ ਮੈਂ ਬਤਾਉਂਗਾ ਬਿਆ ਇਹ ਕੈਂਡੀਡੇਟ ਕੈਂਡੀਡੇਟ ਕੋ ਨਹੀਂ ਹੈ ਕੈਂਡੀਡੇਟ ਕੀ ਇਸਮੇ ਕੋਈ ਇਨਵੋਲਵਮੈਂਟ ਨਹੀਂ ਹੈ ਤੋ ਫਿਰ ਕਹਾਂ ਪਹੁੰਚਾਣਾ ਥਾ ਇਸੇ ਅਬ ਮੈਂਨੇ ਉਤਾਰਨਾ ਹੈ ਕਹੀਂ ਵੀ ਮੈਂ ਉਤਾਰ ਸਕਦਾ ਹਾਂ ਉਤਾਰਨਾ ਥਾ ਯਹੀਂ ਉਤਾਰ ਰਹੇ ਥੇ ਯਹੀਂ ਤੋ ਉਤਾਰ ਰਹੇ ਥੇ ਅਭੀ ਤੋ ਗਾੜੀ ਖੜੀ ਕੀ ਥੀ ਅਭੀ ਆਣਾ ਥਾ ਅਭੀ ਪਤਾ ਲਗਣਾ ਥਾ ਕਿ ਵੀ ਆਣਾ ਹੈ ਚਲੋ ਸਰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਆਪਕੀ ਗਾੜੀਆਂ ਭਗਾਈ ਵੀ ਗਈ ਉਹ ਕਿਉਂ ਭਗਾਈ ਗਈ ਥੈਂਕ ਯੂ ਸੋ ਮਚ ਨੇ ਆਪ ਬਤਾ ਦੀਜੀ ਸਾਡੇ ਵੀਰ ਨਾਂ ਕੀ ਤਰਪੂਰ ਯਾਰ ਨਰਿੰਦਰ ਪਿਤਾ ਦਾ ਨਾਮ ਬਾਅਦ ਮੇ ਬਤਾਏਗੇ ਸਰ ਇਹ ਪ੍ਰੈਸ ਕੇ ਸਾਹਮਣੇ ਨਰਿੰਦਰ ਸਾਹਿਬ ਨਾ ਪ੍ਰੈਸ ਕੇ ਸਾਹਮਣੇ ਬਤਾ ਦੇ ਅਗਰ ਆਪ ਸਹੀ ਹੋ ਤਾਂ ਆਪ ਬਤਾ ਸਕਤੇ ਹੋ ਅਰਜ਼ ਕੀ ਹੈ ਪ੍ਰੈਸ ਕੇ ਸਾਹਮਣੇ ਕੀ ਅਰਜ਼ ਹੈ ਨਾ ਬੋਲ ਸਾਹਮਣੇ ਕਿਸ ਦਾ ਜੀ ਹੈ ਕਿਸ ਦਾ ਨਾਮ ਸਰ ਤੁਹਾਡਾ ਨਰਿੰਦਰ ਨਰਿੰਦਰ ਸਨ ਆਫ ਸਨ ਆਫ ਸ਼੍ਰੀ ਸੁਨੀਰਾਮ
सुनी राम SUNNI। देखो उन्होंने एलीगेशन लाया उन्होंने अपनी नॉलेज होएगा और साड़ी नॉलेज के इदा की कोई गल नहीं है। मटीरियल जोड़ा है आया असं इन वेरीफाई करते हुए तो बिल वगैरह मंगवाए हैं किने मंगवाया कि ना से मंगवाया मेरे नोटिस के नहीं है। जो बिल वगैरह डॉक्यूमेंटेशन देख के जो डिपार्टमेंट है वो कार्रवाई करेगा। मैं यही गल करता पा ना ये वेरीफाई करना पेगा जी जो डिपार्टमेंट कितों बिल आया कोई विदाउट बिल आया विद बिल आया मेरे नोटिस के आया विद बिल प्रोपर कागजा के नाल डॉक्यूमेंटेशन जी मूव हुई है। बाकी जो डॉक्यूमेंट है डिपार्टमेंट में अभी पेश करा आरोप लगा रहे हैं वो कह रहे हैं कि जो उन्होंने इतने आके जो गड्डिया रोकने की कोशिश की उन्होंने गड्डी चढ़ाने की भी कोशिश की गई। नहीं नहीं मैं नहीं नहीं देखो उन्होंने एलीगेशन है मैं बारे की कह सकता जी उन्होंने एलीगेशन लाया और ओपोजिशन है वो एलीगेशन लाती है असं तो बारे कुछ नहीं कहते साढ़े नोटिस के इदा की गल नहीं है। मैं तो देखा नहीं अजे थोड़े इन्होंने देखा देखा और मैं देखा उसी देख मटीरियल जो देखा इतों तुम खड़े हो गए देखे पता नहीं हूँ मटीरियल तो बिल देख के पता लगे की आया कुछ नहीं जी अजे पता मैं हाले सिर्फ इन्ना है इनफॉर्मेशन आई सी आर ओ वेस्ट तो कि तीन जोड़े है ट्रक जिन्हें व्हीकल्स ने इन्होंने उत्ते उन्होंने फड़े से कोई एफ एस टी टीम ने आई थिंक ट्रैक सूट्स ने जी हाले पर इन्होंने खोल के एक बार देखेंगे कि होर कुछ है ये नहीं है ये पता लगेगा जी हजे कार्रवाई करने तो बाद ही पता लगेगा। हले सर सिर्फ ट्रांजैक्शन की गल करांगे इस बारे भी जी है आप जो कार्रवाई पूरी करांगे उस तो बाद ही पता लगेगा कि गड्डी है आप इसीलिए मैं हूँ नोटिस कट रहा हले जी नोटिस कट के पहला गड्डिया इंपाउंड करांगे उस तो बाद देखांगे फिर नहीं जी मैंने तो हमने इनफॉर्मेशन आई सी कि एआरओ वेस्ट ने वीडियो जी मैंने जो मैं इन्हों इंपाउंड करा उस तो प्रूफ वांगू लवांगा जी मैं जो मैं ऑफिस देखो ये प्रोसीजर हैगा एफ एस टी की टीम साढ़े नाल हैगा वो प्रोपर वेरीफाई करेगी इन्हों कब्जे च लेगी उन्होंने बिल चैक करेगी जे प्रोपर हो देर इज नथिंग पता लग सकता है कि किस पार्टी का समान है किस नहीं मैनू ए बारे नहीं पता एफ एस टी की टीम मौके पर आ गई है वेरीफाई कर लेगी जी प्रोपर वेरीफाई हो जाएगा ब्रदर जो भी होएगा उस हिसाब नाल हो जाएगी कर भी जे प्रोपर यदा जवाब होया बिल्स होए दैन देर इज इन्हों का प्रोसीजर अपना एफ एस टी टीम वेरीफाई कर लेगी वो असी कर लें वेरीफाई दैट इज़ अ पार्ट ऑफ वेरीफिकेशन असी कर लें। ये ट्रक जोड़े ट्रैक सूट ने और सरकारी ट्रैक सूट ने सारे और जिन्हें चन्नी जी का नाम लिखा गया है और इलैक्शन के दौरान इतने खड़े हो के टैंपूआ के माध्यम इन्हों अलग अलग जगह के उत्ते लैके जाया जा रहा है। मैनू लगता है कि चुनाव आयोग की उलंघना है और जोड़ा लोकतंत्र है उन्होंने खराब करने की ये काम चन्नी सरकार ने ट्रैक सूट के उत्ते लिखा है। तुम देखो मैं भी चन्नी तुम देखो उत्ते लिखा सामने और लोकतंत्र के यहोजे काम करना जोड़ा है और इलैक्शन कमीशन जो सब कुछ देख रहे थे चुनाव हों पे है मैंने लगता भ्रष्टाचार को बढ़ावा देना और सरकारी समगरी का दुरुपयोग कर काम सरकार ने किया है जिदे चुनावों के उत्ते ठेस पहुँचती पी है और लोकतंत्र की हत्या जी की जिला जिला कांग्रेस के प्रधान वालों आप गलबात की उन्होंने कहना साढ़े को बिल है जो सारा इसका कानूनी कार्रवाई जिला प्रधान ने थोड़ी नहीं ट्रैक सूट बनने है जिला प्रधान कड़ी अथॉरिटी हैगी है और दूसरी गल और ड्राइवर जिन्होंने पुलिस ने हिरासत च लिया उन्होंने पूछा कि कह रहे कि बिल मंगवा रहे हैं प्रतख नूं प्रमाण दी आवश्यकता नहीं हुंदी है लोकतंत्र दी हत्या करन दा काम इन्हां ने कीता है और ये सरकारी समान दी दुरुपयोग करना इन्हां ने और लोगां नूं ये समान वंड के जिहड़ा है उन्हां दी जिहड़ा राइट टू वोट है मैनूं लगदा कि उहनूं खराब करन दी गल ये लोग करदे पए है और बड़ी शर्मनाक गल है इस ते परचा जिहड़ा है ओह दर्ज होना चाहिए। खुदा दे घर देर है पर हनेर नहीं कि तुसी परेशान हो अज ही संपर्क करो दुखी भैन भरा दे सच्चे हमदर्द बाबा अफजल खान 9889984580 गेट एक्स लव बैक इन योर लाइफ परेशानी जिवे व्याह विच रुकावट खोया प्यार वापस पाउणा पति पत्नी विच झगड़ा सौतन दुश्मन तो छुटकारा विदेश यात्रा इमीग्रेशन मसले औलाद सुख बुरे सुपने बीमारी विच दवा दा ना लगना लाटरी नंबर पाओ भावे 649 हो या मेगा मिलियन हर जगह तो निराश ते धोखा खा चुके दुखी भैन भरा एक बार जरूर संपर्क करो मैं तुहानू खून दे हंजू नहीं रोण देंगा इट्स माई प्रोमिस बाबा अफजल खान 9889984580।